ਦੇਖੋ ਇੱਕ KPS ਸਾਹਿਬ ਦਾ ਜਿਹੜਾ ਤਮਾਮ ਨੌਕਰੀ ਦਾ ਜਿਹੜਾ ਉਹਨਾਂ ਦਾ ਅਰਸਾ ਸੀਗਾ, ਉਹਨਾਂ ਨੇ ਦਿਲੋਂ ਜਾਨ ਨਾਲ ਭਾਰਤ ਮਾਂ ਦੀ ਖਿਦਮਤ ਕੀਤੀ ਹੈ। ਮੁਸ਼ਕਿਲ ਸਮੇਂ ਦੇ ਵਿੱਚ ਜਦੋਂ ਪੰਜਾਬ ਲੰਘ ਰਿਹਾ ਸੀ, ਉਸ ਮੁਸ਼ਕਿਲ ਵਕਤ 'ਚੋਂ ਉਹਨਾਂ ਨੇ ਪੰਜਾਬ ਨੂੰ ਬਚਾਇਆ। ਚਲੋ ਇਹ ਤਾਂ ਠੀਕ ਹੈ, ਜੋ ਵੀ ਇਨਸਾਨ ਆਉਂਦਾ ਹੈ ਉਹਨੇ ਜਾਣਾ ਹੁੰਦਾ, ਪਰ ਕੁਛ ਇਨਸਾਨ ਐਸੇ ਹੁੰਦੇ ਹੈ ਜਿਹੜੇ ਆਉਂਦੇ ਤਾਂ ਜ਼ਰੂਰ ਹੈ ਪਰ ਆਪਣੇ ਕਾਰਨਾਮਿਆਂ ਕਰਕੇ, ਆਪਣੇ ਮੁਲਕ ਨੂੰ ਖਿਦਮਾਤ ਕਰਕੇ ਉਹ ਇੱਕ ਕਿਸਮ ਦੇ ਹਮੇਸ਼ਾ ਲੋਕਾਂ ਦੇ ਮਨਾਂ 'ਚ ਰਹਿੰਦੇ ਹੈ। ਸੋ KPS ਗਿੱਲ ਸਾਹਿਬ ਨੂੰ, ਹਾਲਾਂਕਿ ਉਹ ਤਵੀਲ ਉਮਰ ਇੱਥੋਂ ਲੈ ਕੇ ਗਏ ਹੈ ਔਰ ਇੱਜ਼ਤ ਨਾਲ ਇਸ ਮਾਸ਼ਰੇ 'ਚੋਂ ਗਏ ਹੈ, ਔਰ ਮੈਂ ਉਹਨਾਂ ਨੂੰ ਇਸ ਮੌਕੇ 'ਤੇ ਖਰਾਜੇ ਤਹਿਸੀਮ ਪੇਸ਼ ਕਰਦਾ।